ਪੰਜਾਬ ਦਾ ਹੋਮ ਮਿਨਿਸਟਰ ਪੰਜਾਬ ਵਿੱਚ ਬਿਲਕੁਲ ਫੇਲ ਆ। ਕੋਈ ਕਰਪਟ ਜੁੰਡੀ ਜੀ ਕਰਿਆ ਹੋਇਆ ਗਾ, ਕੋਈ ਲੋਕਾਂ ਦੇ ਕੰਮ ਨਹੀਂ ਕਰ ਰਿਹਾ। ਪੰਜਾਬ ਵਿੱਚ ਕਿਤੇ ਬੱਚੀਆਂ ਦੇ ਬਲਾਤਕਾਰ ਹੋ ਰਹੇ ਨੇਗੇ, ਕਿਤੇ ਜਿਹੜਾ ਗੈਰ ਕਾਨੂੰਨੀ ਹਿਰਾਸਤ 'ਚ ਮਰਡਰ ਹੋ ਰਹੇ ਨੇਗੇ, ਕੋਈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਸੋ ਮੈਂ ਸਮਝਦਾ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਕੈਪਟਨ ਸਾਹਿਬ ਨੂੰ ਬਤੌਰ ਜਿਹੜਾ ਹੈਗਾ ਹੋਮ ਮਿਨਿਸਟਰ ਤੁਰੰਤ ਰਜ਼ਾਈਨ ਦੇਣਾ ਚਾਹੀਦਾ, ਤੁਰੰਤ ਅਸਤੀਫਾ ਦੇਣਾ ਚਾਹੀਦਾ। ਤਾਂ ਮੇਰੀ ਜਦੋਂ ਅੰਮ੍ਰਿਤਪਾਲ ਨਾਲ ਗੱਲ ਹੋਈ, ਮੈਂ ਕਿਹਾ ਜੇ ਤੇਰੇ ਕੋਲ ਕੋਈ ਸਬੂਤ ਹੈ, ਤੂੰ ਕਹਿ ਰਿਹਾ ਕਿ ਉਹ ਜਿਹੜਾ ਮੁੰਡਾ ਜਸਪਾਲ ਆ ਉਹ ਦੇਹ ਵਪਾਰ ਦਾ ਕੰਮ ਕਰਦਾ ਸੀ, ਉਹ ਕੁੜੀਆਂ ਨਾਲ ਬਲਾਤਕਾਰ ਕਰਦਾ ਸੀ, ਤਾਂ ਸਬੂਤ ਲੈ ਕੇ ਸਾਡੇ ਕੋਲ ਆ, ਰੱਖ ਲਿਆ ਕੇ ਇੱਥੇ ਪ੍ਰੈਸ ਕਾਨਫਰੰਸ ਕਰ, ਪੁਲਿਸ ਦੇ ਧਿਆਨ 'ਚ ਲਿਆ ਗੱਲਾਂ ਬਾਤਾਂ। ਐਂ ਥੋੜ੍ਹੀ ਆ ਵੀ ਸੋਸ਼ਲ ਮੀਡੀਆ 'ਤੇ ਆਪਾਂ ਇੱਕ ਵੀਡੀਓ ਦਿਖਾ ਕੇ ਇੱਕ ਬੰਦੇ ਨੂੰ ਸਾਹਮਣੇ ਬਿਠਾ ਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਦੇਣੀਆਂ। ਕੁਛ ਵੀ ਨਹੀਂ ਹੈ, ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਿ ਜੇ ਕਿਸੇ ਕੋਲ ਕੋਈ ਜਸਪਾਲ ਦੇ ਖਿਲਾਫ ਕੋਈ ਸਬੂਤ ਆ, ਉਹਨੇ ਬਲਾਤਕਾਰ ਕੀਤਾ ਕਿਸੇ ਨਾਲ, ਉਹਨੇ ਦੇਹ ਭਾਰ ਦਾ ਧੰਦਾ ਕੀਤਾ, ਤਾਂ ਉਹ ਸਬੂਤ ਲਿਆ ਕੇ ਰੱਖੇ ਜਾਣ। ਦੂਜੀ ਗੱਲ ਇਹ ਦੱਸਦਾ ਵੀ ਇਹ ਜਿਹੜੇ ਲੋਕ ਜੁਟੇ ਨੇ ਇਹ ਆਪਦੀ ਮੁੱਖ ਮੰਗ 'ਤੇ ਟਿਕੇ ਹੋਏ ਨੇ ਕਿ ਜਸਪਾਲ ਦੀ ਲਾਸ਼ ਸਾਨੂੰ ਵਾਪਸ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਇਹ ਸਮੁੱਚੇ ਕਤਲਕਾਂਡ ਦੀ ਜਿਹੜੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਲਾਕਾਂ ਪਿੱਛੇ ਭੇਜਣਾ ਚਾਹੀਦਾ। ਇਲੈਕਸ਼ਨ ਕਮੇਟੀ ਬਣੀ ਹੋਈ ਹੈ, ਸਭ ਨੂੰ ਪਤਾ ਤੁਹਾਨੂੰ ਵੀ ਜਸਪਾਲ ਨਾਂ ਦੇ ਇੱਕ ਵਿਅਕਤੀ ਨੂੰ, ਨੌਜਵਾਨ ਨੂੰ ਸਾਡੀ ਫਰੀਦਕੋਟ ਦੀ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ 'ਚ ਰੱਖ ਕੇ ਉਹਦਾ ਮਰਡਰ ਕੀਤਾ, ਕਤਲ ਕੀਤਾ ਔਰ ਉਹਦੀ ਲਾਸ਼ ਖੁਰਦਬੁਰਦ ਕੀਤੀ ਆ, ਔਰ ਪ੍ਰਸ਼ਾਸਨ ਲਗਾਤਾਰ ਦੋਸ਼ੀਆਂ ਨੂੰ ਬਚਾ ਰਿਹਾ ਹੈਗਾ। ਸੋ ਅਸੀਂ ਸਮੁੱਚੀ ਪਾਰਟੀ ਵੱਲੋਂ ਮੈਂ ਇੱਥੇ ਆਇਆ ਗਾ ਉਸ ਜਿਹੜਾ ਜਸਪਾਲ ਆ ਉਹਨੂੰ ਇਨਸਾਫ ਮਿਲ ਸਕੇ। ਸਰ ਕਰੀਬ 10 ਦਿਨ ਹੋ ਗਏ ਪਰਿਵਾਰ ਨੂੰ ਇੱਥੇ ਬੈਠੇ, ਪੁਲਿਸ ਕੁਛ ਨਹੀਂ ਦੱਸ ਰਹੀ ਹੈ। ਦੇਖੋ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਸੀਐਮ ਸਾਹਿਬ ਫੇਲ ਨੇ, ਬਿਲਕੁਲ ਸੀਐਮ ਸਾਹਿਬ ਪੰਜਾਬ ਦੇ ਹੋਮ ਮਿਨਿਸਟਰ ਨੇਗੇ, ਉਹ ਪੰਜਾਬ ਦਾ ਹੋਮ ਮਿਨਿਸਟਰ ਪੰਜਾਬ ਵਿੱਚ ਬਿਲਕੁਲ ਫੇਲ ਆ। ਕੋਈ ਕਰਪਟ ਜੁੰਡੀ ਜੀ ਕਰਿਆ ਹੋਇਆ ਗਾ, ਕੋਈ ਲੋਕਾਂ ਦੇ ਕੰਮ ਨਹੀਂ ਕਰ ਰਿਹਾ। ਪੰਜਾਬ ਵਿੱਚ ਕਿਤੇ ਬੱਚੀਆਂ ਦੇ ਬਲਾਤਕਾਰ ਹੋ ਰਹੇ ਨੇਗੇ, ਕਿਤੇ ਜਿਹੜਾ ਗੈਰ ਕਾਨੂੰਨੀ ਹਿਰਾਸਤ 'ਚ ਮਰਡਰ ਹੋ ਰਹੇ ਨੇਗੇ, ਕੋਈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਸੋ ਮੈਂ ਸਮਝਦਾ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਕੈਪਟਨ ਸਾਹਿਬ ਨੂੰ ਬਤੌਰ ਜਿਹੜਾ ਹੈਗਾ ਹੋਮ ਮਿਨਿਸਟਰ ਤੁਰੰਤ ਰਜ਼ਾਈਨ ਦੇਣਾ ਚਾਹੀਦਾ, ਤੁਰੰਤ ਅਸਤੀਫਾ ਦੇਣਾ ਚਾਹੀਦਾ। ਦੇਖੋ ਇਹ ਮੈਂ ਕੱਲ੍ਹ ਵੀ ਬੋਲਿਆ ਸੀ ਕਿ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਨੇ ਉਹਨੂੰ ਸੰਘਰਸ਼ ਨੂੰ ਕਿਵੇਂ ਤੁਸੀਂ ਖਦੇੜਨਾ, ਕਿਵੇਂ ਉਹਨੂੰ ਤਾਰ ਪਿੰਡੋ ਕਰਨਾ, ਇਹ ਸਮੇਂ ਸਮੇਂ 'ਤੇ ਪੁਲਿਸ ਪ੍ਰਸ਼ਾਸਨ ਸਮੇਂ ਦੀਆਂ ਸਰਕਾਰਾਂ ਇਹ ਚਾਲਾਂ ਚੱਲਦੀਆਂ ਰਹਿੰਦੀਆਂ ਨੇ। ਪਹਿਲੇ ਦਿਨ ਵੀ ਜਿੱਦੇ ਇੱਥੇ ਇਹ ਮੋਰਚਾ ਲੱਗਿਆ ਉਸ ਦਿਨ ਵੀ ਬੜਾ ਰੌਲਾ ਪਿਆ, ਇੱਕ ਇੱਥੇ ਪੱਤਰਕਾਰ ਫਿਰਦਾ ਸੀ, ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਐਕਸ਼ਨ ਕਮੇਟੀ ਨਾ ਬਣੇ, ਫਿਰ ਆਥਣੇ ਪਰਿਵਾਰਕ ਮੈਂਬਰਾਂ ਦਾ ਦੁਆਰਾ ਇੱਥੇ ਕਲੇਸ਼ ਪਵਾ ਦਿੱਤਾ ਗਿਆ। ਅਤੇ ਇਹ ਨਾ ਜਿਹੜਾ ਮਸਲਾ, ਦੇਖੋ ਕੱਲ੍ਹ ਜਿਹੜੀ ਆਪਾਂ ਵੀਡੀਓ ਵਾਇਰਲ ਦੀ ਗੱਲ ਕਰਦੇ ਹਾਂ, ਉਹਨਾਂ ਨਾਲ ਮੇਰੀ ਗੱਲ ਵੀ ਹੋਈ ਆ। ਉਹ ਅੰਮ੍ਰਿਤਪਾਲ ਨਾਂ ਦਾ ਹੈਗਾ ਬੰਦਾ, ਜਿਹੜਾ ਮਹਿਰੋਂ ਪਿੰਡ ਆ ਮੋਗਾ ਜ਼ਿਲ੍ਹਾ, ਉੱਥੇ ਇਹਦਾ ਪਿੰਡ ਆ, ਅਤੇ ਸਾਹਮਣੇ ਬੈਠਾ ਹੋਇਆ ਬੰਦਾ ਉਹਦੇ ਹੈਪੀ ਹੈ, ਹੈਪੀ ਤਾਰਾ ਗੀਤਕਾਰ ਕਹਿ ਦਿੰਦੇ ਆ ਉਹਨੂੰ, ਰਾਮੇ ਪਿੰਡ ਦਾ ਉਹ। ਤਾਂ ਮੇਰੀ ਜਦੋਂ ਅੰਮ੍ਰਿਤਪਾਲ ਨਾਲ ਗੱਲ ਹੋਈ, ਮੈਂ ਕਿਹਾ ਜੇ ਤੇਰੇ ਕੋਲ ਕੋਈ ਸਬੂਤ ਹੈ, ਤੂੰ ਕਹਿ ਰਿਹਾ ਕਿ ਉਹ ਜਿਹੜਾ ਮੁੰਡਾ ਜਸਪਾਲ ਆ ਉਹ ਦੇਹ ਵਪਾਰ ਦਾ ਕੰਮ ਕਰਦਾ ਸੀ, ਉਹ ਕੁੜੀਆਂ ਨਾਲ ਬਲਾਤਕਾਰ ਕਰਦਾ ਸੀ, ਤਾਂ ਸਬੂਤ ਲੈ ਕੇ ਸਾਡੇ ਕੋਲ ਆ, ਰੱਖ ਲਿਆ ਕੇ ਇੱਥੇ ਪ੍ਰੈਸ ਕਾਨਫਰੰਸ ਕਰ, ਪੁਲਿਸ ਦੇ ਧਿਆਨ 'ਚ ਲਿਆ ਗੱਲਾਂ ਬਾਤਾਂ। ਐਂ ਥੋੜ੍ਹੀ ਆ ਵੀ ਸੋਸ਼ਲ ਮੀਡੀਆ 'ਤੇ ਆਪਾਂ ਇੱਕ ਵੀਡੀਓ ਦਿਖਾ ਕੇ ਇੱਕ ਬੰਦੇ ਨੂੰ ਸਾਹਮਣੇ ਬਿਠਾ ਕੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਦੇਣੀਆਂ। ਤਾਂ ਉਹ ਮੈਨੂੰ ਕਹਿੰਦਾ ਮੈਂ ਆਉਣਾ ਹੈ, ਮੈਂ ਕਰਦਾ। ਫਿਰ ਅਸੀਂ ਆਥਣੇ ਫੋਨ ਕੀਤਾ, ਮੈਂ ਕਿਹਾ ਆ ਜਾ, ਦੱਸ ਅਸੀਂ ਫਰੀਦਕੋਟ ਹਾਂ। ਕਹਿੰਦਾ ਮੈਂ ਦੂਰ ਫਿਰਦਾ, ਮੈਂ ਨਹੀਂ ਆ ਸਕਦਾ ਹੁਣ, ਅਤੇ ਮੈਂ ਕੋਈ ਗੱਲ ਨਹੀਂ ਤੁਹਾਨੂੰ ਕੱਲ੍ਹ ਨੂੰ ਆ ਕੇ ਦਿਖਾਉਣਾ। ਸੋ ਕੁਛ ਵੀ ਨਹੀਂ ਹੈ, ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਿ ਜੇ ਕਿਸੇ ਕੋਲ ਕੋਈ ਜਸਪਾਲ ਦੇ ਖਿਲਾਫ਼ ਕੋਈ ਸਬੂਤ ਆ, ਉਹਨੇ ਬਲਾਤਕਾਰ ਕੀਤਾ ਕਿਸੇ ਨਾਲ, ਉਹਨੇ ਦੇਹ ਭਾਰ ਦਾ ਧੰਦਾ ਕੀਤਾ, ਤਾਂ ਉਹ ਸਬੂਤ ਲਿਆ ਕੇ ਰੱਖੇ ਜਾਣ। ਦੂਜੀ ਗੱਲ ਚਲੋ ਮੰਨ ਲੈਂਦੇ ਹਾਂ, ਇਹ ਵੀ ਮੰਨ ਲੈਂਦੇ ਹਾਂ ਕਿ ਉਹ ਦੇਹ ਭਾਰ ਦਾ ਧੰਦਾ ਕਰਦਾ ਸੀ ਜਾਂ ਉਹਨੇ ਕੋਈ ਬਲਾਤਕਾਰ ਕੀਤਾ ਕਿਸੇ ਨਾਲ, ਤਾਂ ਉਹਦੇ ਮਤਲਬ ਕਿ ਲਈ ਵੀ ਕਾਨੂੰਨ ਹੈਗਾ, ਉਹਦੇ ਲਈ ਵੀ ਇੱਕ ਪਾਸੇ ਪ੍ਰਸ਼ਾਸਨ ਬੈਠਾ, ਉਹਦੀ ਸਜ਼ਾ ਜਿਹੜੀ ਉਹ ਅੱਡ ਹੋ ਸਕਦੀ ਆ। ਇਹਦਾ ਮਤਲਬ ਇਹ ਤਾਂ ਨਹੀਂ ਅਤੇ ਪੁਲਿਸ ਨੂੰ ਲਿਆ ਕੇ ਚੱਕ ਕੇ ਕੁੱਟਮਾਰ ਕਰਕੇ ਮਾਰ ਦੇਣਾ, ਲਾਸ਼ ਨੂੰ ਖੁਰਦਬੁਰਦ ਕਰ ਦੇਣਾ, ਇਹ ਅਧਿਕਾਰ ਕਿਹਨੂੰ ਦੇ ਦਿੱਤਾ ਪੁਲਿਸ ਨੇ? ਫਿਰ ਇਹ ਗੱਲ ਲਈ ਨਹੀਂ ਨਾ, ਇਸ ਗੱਲ ਲਈ ਨਹੀਂ ਨਾ ਤੈਅ ਹੋ ਗਈ ਗੱਲ ਕਿ ਯਾਰ ਹਾਂ ਉਹ ਤਾਂ ਆਹ ਕੰਮ ਕੀਤਾ ਤਾਂ ਲਿਆ ਕੇ ਮਾਰਤਾ। ਸੋ ਉਹ ਬੜੀਆਂ ਗੱਲਾਂ, ਉਦੋਂ ਬਾਅਦ ਇੱਕ ਹੋਰ ਉਹ ਦੁਬਾਰੇ ਇੱਕ ਲਾਈਵ ਹੋਇਆ ਬੈਠਾ, ਉਹ ਪਹਿਲਾਂ ਕਹਿੰਦਾ ਜੀ ਮੈਨੂੰ ਹੈਪੀ ਤਾਰਾ ਮਾਰਨ ਆਇਆ, ਦਿੱਲੀ ਵਾਲਿਆਂ ਨੇ ਭੇਜਿਆ, ਫਿਰ ਮੈਨੂੰ ਕਹਿੰਦਾ ਉਹ ਰਣਵੀਰ ਮਾਰਨ ਨੂੰ ਫਿਰਦਾ। ਸੋ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ, ਇਹ ਅਫਵਾਹਾਂ ਨੇ, ਇਹਨਾਂ ਤੋਂ ਬਚਣ ਦੀ ਲੋੜ ਆ। ਮੈਂ ਕਹਿੰਦਾ ਕਿਸੇ ਦੇ ਕੋਲ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਤੱਥ ਆ, ਕੋਈ ਸਬੂਤ ਹੈ, ਉਹ ਪੁਲਿਸ ਕੋਲ ਆ ਜਾਂ ਕਿਸੇ ਆਮ ਬੰਦੇ ਕੋਲ ਆ, ਤਾਂ ਲੈ ਕੇ ਆਓ, ਸਪਸ਼ਟ ਕਰੋ, ਇੱਥੇ ਲੋਕਾਂ ਦੇ ਸਾਹਮਣੇ ਦਿਖਾਓ, ਰੱਖੋ। ਸੋ ਇਹ ਇੱਕ ਜਦੋਂ ਇਹ ਚੱਲੀ ਨਾ ਵੀਡੀਓ, ਕਾਫੀ ਫੈਲੀ ਵੀਡੀਓ, ਅਤੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਕਹਿੰਦੇ ਬਾਈ ਤੁਸੀਂ ਗਲਤ ਬੰਦੇ ਮਗਰ ਚਲੇ ਗਏ ਯਾਰ,
ਉਹਦਾ ਬੰਦਾ ਬਲਾਤਕਾਰੀ ਹੈ, ਉਹਦਾ ਬੰਦਾ ਕੁੜੀਆਂ ਦਾ ਦਲਾਲੀ ਕਰਦਾ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਆਪਣੇ ਵਾਹ ਬੌੜਦੀ ਆ। ਪੋਜ਼ੀਟਿਵ ਚੀਜ਼ ਤੁਸੀਂ ਹਾਂ ਪੱਖੀ ਚੀਜ਼ ਨੂੰ ਕੋਈ ਸੋਸ਼ਲ ਮੀਡੀਆ 'ਤੇ ਪਾਓਗੇ ਕੋਈ ਨਹੀਂ ਦੇਖਦਾ, ਬਹੁਤ ਘੱਟ ਦੇਖਣਗੇ। ਨਾ ਪੱਖੀ ਜਿਹੜੀ ਨੈਗੇਟਿਵ ਚੀਜ਼ ਆ, ਜਿਹਨੇ ਨੈਗੇਟਿਵਿਟੀ ਫੈਲਾਉਣੀ ਆ, ਉਹ ਤੁਸੀਂ ਦੇਖੋ ਐਂ ਮਿੰਟੋ ਮਿੰਟ ਹੀ ਫੈਲ ਜਾਂਦੀ ਆ, ਹੈ ਨਾ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਯਾਰ ਪੂਰੀ ਸੱਚਾਈ ਜਾਣੇ ਬਿਨਾਂ ਬਿਨਾਂ ਆਪਣੇ ਆਪ ਇੱਕ ਨਿਰਣਾ ਕਰ ਲੈਣਾ ਕਿ ਉਹ ਗਲਤ ਆ ਉਹ ਸਹੀ ਆ, ਇਹ ਨਹੀਂ ਚਾਹੀਦਾ। ਅੱਜ ਦਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਸਮੂਹ ਜਾਗਦੀ ਜ਼ਮੀਰ ਵਾਲੇ, ਇਨਸਾਫ ਪਸੰਦ ਪੰਜਾਬੀਆਂ ਦਾ, ਇਨਸਾਫ ਪਸੰਦ ਲੋਕਾਂ ਦਾ, ਜਿਹੜੇ ਕਿ ਐਕਸ਼ਨ ਕਮੇਟੀ ਦੇ ਸੱਦੇ 'ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਅੱਜ ਪਹੁੰਚੇ ਨੇ, ਅਤੇ ਇਹਨਾਂ ਨੇ ਬੁੱਚੜ ਪੁਲਸੀਆਂ ਨੂੰ ਅਤੇ ਇੱਥੋਂ ਦੇ ਹੰਕਾਰੇ ਹੋਏ ਹਾਕਮਾਂ ਨੂੰ ਦੱਸਤਾ ਕਿ ਅਸੀਂ ਜਿਹੜਾ ਚੁੱਪ ਕਰਕੇ ਨਹੀਂ ਬਹਿਣ ਵਾਲੇ, ਤਾਂ ਤੁਹਾਡੇ ਕਿਸੇ ਵੀ ਡਰ ਤੋਂ ਡਰਨ ਵਾਲੇ ਨਹੀਂ ਹੈਗੇ, ਅਤੇ ਪੰਜਾਬ ਦੀ ਜਵਾਨੀ ਦਾ ਅਸੀਂ ਉਹ ਘਾਨ ਨਹੀਂ ਹੋਣ ਦੇਣਾ। ਅਤੇ ਅੱਜ ਤੱਕ ਇਹ ਦੱਸਦਾ ਵੀ ਇਹ ਜਿਹੜੇ ਲੋਕ ਜੁਟੇ ਨੇ ਇਹ ਆਪਦੀ ਮੁੱਖ ਮੰਗ 'ਤੇ ਟਿਕੇ ਹੋਏ ਨੇ ਕਿ ਜਸਪਾਲ ਦੀ ਲਾਸ਼ ਸਾਨੂੰ ਵਾਪਸ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਇਹ ਸਮੁੱਚੇ ਕਤਲਕਾਂਡ ਦੀ ਜਿਹੜੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ, ਅਤੇ ਦੋਸ਼ੀਆਂ ਨੂੰ ਸਲਾਕਾਂ ਪਿੱਛੇ ਭੇਜਣਾ ਚਾਹੀਦਾ ਤਾਂ ਕਿ ਮੁੜ ਤੋਂ ਇਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਦੁਬਾਰਾ ਉਹ ਕਾਲਾ ਦੌਰ ਜਿਹੜਾ ਵਾਪਸ ਨਾ ਪਰਤੇ, ਜਿਹੜਾ ਪੰਜਾਬ ਨੇ ਪਹਿਲਾਂ ਵੀ ਬੜਾ ਲੰਮਾ ਹੰਡਾਇਆ। ਕਿੰਨੇ ਕੁ ਲੋਕਾਂ ਦਾ ਇਕੱਠ ਹੋਏਗਾ? ਇਕੱਠ ਤੁਸੀਂ ਦੇਖ ਹੀ ਸਕਦੇ ਹੋ ਜੀ, ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ, ਹਜੇ ਵੀ ਸਾਨੂੰ ਲੱਗ ਰਿਹਾ ਕਿ ਕਈ ਦੋਸਤਾਂ ਤੋਂ ਖਬਰ ਮਿਲ ਰਹੀ ਹੈ ਕਿ ਬਹੁਤ ਜਣੇ ਜਿਹੜੇ ਹਜੇ ਆ ਰਹੇ ਹੈ, ਹਜ਼ਾਰਾਂ ਦੇ ਵਿੱਚ ਹੀ ਇਕੱਠ ਹਜੇ, ਮਤਲਬ ਇਹਦਾ ਵੱਧ ਤੋਂ ਵੱਧ ਲੋਕ ਆ ਰਹੇ ਆ। ਤੁਸੀਂ ਦੇਖ ਸਕਦੇ ਹੋ ਸਟੇਜ ਲਈ ਜਿਹੜਾ ਜਗ੍ਹਾ ਸੀ ਉਹ ਘੱਟ ਪੈ ਗਈ ਆ, ਪਿੱਛੇ ਵੀ ਸਟੇਜ ਦੇ ਉਵੇਂ ਕਈ ਹਜ਼ਾਰ ਲੋਕ ਖੜ੍ਹੇ ਹੋਣਗੇ। ਤਾਂ ਜਿਹੜੇ ਸਿਰਫ ਜਥੇਬੰਦੀਆਂ ਦੇ ਲੋਕ ਤੋਂ ਇਲਾਵਾ ਜਿਹੜੇ ਸਮੁੱਚੇ ਪੰਜਾਬੀ ਖੁਦ ਬਖੁਦ ਇੱਥੇ ਆਪ ਜਿਹੜੇ ਆ ਪਿੰਡਾਂ 'ਚੋਂ ਵਹੀਰਾਂ ਕੱਤ ਕੇ ਆਏ ਆ, ਉਹ ਸਾਨੂੰ ਲੱਗਦਾ ਕਿ ਜਾਗਦੀ ਜ਼ਮੀਰ ਹੋਣ ਦੇ ਇੱਥੋਂ ਦਾ ਸਬੂਤ ਆ ਕਿ ਪੰਜਾਬ ਦੇ ਲੋਕ ਜਦੋਂ ਤੱਕਾ ਕਿਸੇ ਨੇ ਇਸ ਤਰ੍ਹਾਂ ਨੌਜਵਾਨ ਪੁੱਤ ਜੇ ਮਾਵਾਂ ਦੇ ਮਾਰੇ ਜਾਣਗੇ ਤਾਂ ਪੰਜਾਬ ਦੇ ਲੋਕ ਫਿਰ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਇੱਕ ਜੁੱਟਤਾ ਦਾ ਸੰਦੇਸ਼ ਦੇਣਗੇ, ਜਿਹੜਾ ਕਿ ਅੱਜ ਦੇ ਰਹੇ ਆ ਪੰਜਾਬ ਦੇ ਲੋਕ।